ਫਤਿਹਗੜ੍ਹ ਸਾਹਿਬ ਦੀ ਧਰਤੀ ਹਰ ਆਏ ਸਾਲ ਕੁਛ ਨਵਾਂ ਦਿਖਾਉਂਦੀ ਆ। ਅੱਜ ਇੱਕ ਅਜਿਹਾ ਬੱਚਾ ਜਿਸ ਦਾ ਇੱਕ ਹੱਥ ਹੈ ਨਹੀਂ, ਦੂਸਰਾ ਹੱਥ ਉਸ ਦੀਆਂ ਉਂਗਲੀਆਂ ਜੁੜੀਆਂ ਹੋਈਆਂ ਨੇ, ਪਰ ਫਿਰ ਵੀ ਬੜੀ ਖੂਬਸੂਰਤ ਦਸਤਾਰ ਸਜਾਉਂਦਾ। ਤਸਵੀਰ ਦਿਖਾਵਾਂਗੇ ਉਸ ਬੱਚੇ ਦੀ ਪਹਿਲਾਂ ਤਾਂ ਕਿਸ ਤਰੀਕੇ ਨਾਲ ਬੱਚਾ ਬਚਪਨ ਤੋਂ ਹੀ ਜੋ ਉਸਦੇ ਇੱਕ ਬਾਂਹ ਵੱਲੋਂ ਇੱਕ ਰੱਗ ਵੱਲੋਂ ਜਿਹੜਾ ਕਮਜ਼ੋਰ ਆ, ਪਰ ਦੂਸਰੀ ਰੱਗ ਕਹਿੰਦੇ ਰੱਬ ਤੇਜ਼ ਜ਼ਰੂਰ ਦਿੰਦਾ, ਬੜੀ ਸੁੰਦਰ ਦਸਤਾਰ ਛੋਟੇ ਹੁੰਦਿਆਂ ਤੋਂ ਹੀ ਬੱਚਾ ਸਜਾਉਂਦਾ ਆ ਰਿਹਾ। ਗੱਲਬਾਤ ਕਰਦੇ ਬੱਚੇ ਨਾਲ। ਬੇਟਾ ਕੀ ਨਾਮ ਆ ਤੁਹਾਡਾ? ਅਰਸ਼ਦੀਪ ਸਿੰਘ। ਕਿੱਥੋਂ ਤੁਸੀਂ ਆਏ? ਗੋਬਿੰਦਗੜ੍ਹ ਤੋਂ। ਗੋਬਿੰਦਗੜ੍ਹ ਤੋਂ। ਇੱਥੇ ਆਉਣ ਦਾ ਕੀ ਸਬੱਬ ਬਣਿਆ, ਇੱਥੇ ਕਿਉਂ ਆਏ ਸੀ? ਅਸੀਂ ਫਤਿਹਗੜ੍ਹ ਮੱਥਾ ਟੇਕਣ ਆਏ ਸੀ। ਅੱਛਾ, ਮੱਥਾ ਟੇਕਣ ਆਏ ਸੀ ਤੇ ਦਸਤਾਰ ਕਦੋਂ ਬੰਨੀ ਸਿੱਖੀ ਤੁਸੀਂ? ਹਾਂਜੀ, ਦਸਤਾਰ ਬੰਨੀ ਕਦੋਂ ਸਿੱਖੀ ਤੁਸੀਂ? ਅਸੀਂ 4 ਸਾਲ ਤੋਂ ਜੀ। 4 ਸਾਲ ਤੋਂ? ਅੱਛਾ, 4 ਸਾਲ ਦੀ ਜਦੋਂ ਤੁਸੀਂ? ਹਾਂਜੀ। ਤੇ ਹੁਣ ਸਹੀ ਬੰਨ ਲੈਂਦੇ ਹੋ, ਕੁਝ ਦਿੱਕਤ ਤਾਂ ਨਹੀਂ ਹੁੰਦੀ ਬੰਨਣ 'ਚ? ਹਾਂਜੀ। ਤੇ ਸਕੂਲ ਦੇ ਵਿੱਚੋਂ ਕਿਵੇਂ ਦਾ ਹੰਕਾਰਾ ਮਿਲਦਾ? ਸਕੂਲ ਦੇ ਕਹਿੰਦੇ ਨਹੀਂ ਕਿ ਬੜੀ ਸੋਹਣੀ ਦਸਤਾਰ ਬੰਨਦਾ ਛੋਟੇ ਹੁੰਦੇ ਤੋਂ? ਹਾਂਜੀ ਕਹਿੰਦੇ ਆ। ਹਾਂਜੀ, ਉਹ ਤਾਂ ਫਿਰ ਤਾਰੀਫ ਕਰਦੇ ਹੋਣੇ ਨਾ ਤੁਹਾਡੀ। ਹਾਂਜੀ। ਅੱਜ ਅਰਦਾਸ 'ਚ ਕੁਛ ਮੰਗਿਆ? ਫਤਿਹਗੜ੍ਹ ਸਾਹਿਬ ਆਏ ਸੀਗੇ, ਕੀ ਮੰਗਿਆ ਫਿਰ? ਕਿ ਮੈਨੂੰ ਦਸਤਾਰ ਸਜਾਣੀ ਆਈ, ਮੈਨੂੰ ਪੜ੍ਹਾਈ ਆ ਜੀ। ਅੱਛਾ, ਪੜ੍ਹਾਈ ਆਏ ਤੇ ਦਸਤਾਰ ਸਜਾਣੀ ਆਈ। ਹਾਂਜੀ। ਸਾਡੇ ਨਾਲ ਬੱਚੇ ਦੇ ਪਿਤਾ ਵੀ ਮੌਜੂਦ ਨੇ। ਕਹਿੰਦੇ ਪਿਤਾ ਜੋ ਮਾਂ ਤਾਂ ਕਹਿੰਦੇ ਜਨਮ ਦਿੰਦੀ ਆ, ਪਿਤਾ ਗੁਣ ਦਿੰਦਾ, ਪਿਤਾ ਪਾਲਦਾ ਵੀ ਆ। ਗੱਲਬਾਤ ਕਰਦੇ ਹਾਂ ਬਾਈ ਜੀ, ਕੀ ਨਾਮ ਆਪਣੇ? ਕੁਲਦੀਪ ਸਿੰਘ ਜੀ। ਗੋਬਿੰਦਗੜ੍ਹ ਸਾਹਿਬ ਤੋਂ? ਹਾਂਜੀ, ਮੰਡੀ ਗੋਬਿੰਦਗੜ੍ਹ ਤੋਂ। ਮੰਡੀ ਗੋਬਿੰਦਗੜ੍ਹ ਤੋਂ ਜੀ। ਬੱਚਾ ਕਹਿੰਦੇ ਬੜਾ ਵਧੀਆ ਬੱਚਾ ਗਾ, ਇੱਕ ਕਹਿੰਦੇ ਰੱਗ ਘੱਟ ਦੇਵੇ ਰੱਬ ਦੂਜੀ ਰੱਗ ਵੱਧ ਹੀ ਦਿੰਦਾ ਗਾ। ਕਿਵੇਂ ਦਾ ਮਹਿਸੂਸ ਕਰਦੇ ਹੋ, ਮਾਣ ਮਹਿਸੂਸ ਕਰਦੇ ਹੋ, ਕਿਵੇਂ ਦਾ ਲੱਗਦਾ? ਬਹੁਤ ਵਧੀਆ ਮਾਣ ਹੈ ਜੀ, ਜੋ ਸਾਧ ਸੰਗਤ ਦੇ ਵਿੱਚ ਬੇਨਤੀ ਕਰਦੇ ਹੋਏ ਬੱਚਾ ਸਾਡਾ ਨਾਮ ਲੈ ਕੇ ਆਵੇ ਤਾਂ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਸਾਨੂੰ ਜੀ। ਕਹਿੰਦੇ ਫਤਿਹਗੜ੍ਹ ਸਾਹਿਬ ਦੀ ਧਰਤੀ, ਕਿਸੇ ਨੂੰ ਜੁਝਾਰ ਸਿੰਘ ਮਿਲਦਾ, ਕਿਸੇ ਨੂੰ ਜ਼ੋਰਾਵਰ ਸਿੰਘ ਮਿਲਦਾ, ਕਿਸੇ ਨੂੰ ਫਤਿਹ ਸਿੰਘ ਮਿਲਦਾ, ਤੁਸੀਂ ਤੁਹਾਨੂੰ ਕੀ ਮਿਲਿਆ ਹੁਣ? ਸਾਨੂੰ ਬਹੁਤ ਸੰਗਤਾਂ ਦਾ ਪਿਆਰ ਔਰ ਸੰਯੋਗ ਬਹੁਤ ਮਿਲਿਆ ਹੈਗਾ ਇਸ ਚੀਜ਼ ਦਾ ਵੀ, ਕਿਉਂਕਿ ਬੱਚੇ ਦੀ ਬਾਜੂ ਬਾਂਹ ਨਹੀਂ ਹੈ ਬਹੁਤ, ਇਸ ਲਈ ਜਸਤਾਰ ਮੁਕਾਬਲਾ ਚੱਲਿਆ ਹੈਗਾ ਅਤੇ ਬਹੁਤ ਮਾਣ ਦਿੱਤਾ ਸੰਗਤਾਂ ਨੇ। ਕਦੋਂ ਤੋਂ ਸ਼ੁਰੂ ਕਰਤੀ ਸੀ ਬੱਚੇ ਨੇ ਦਸਤਾਰ? ਇਹ ਤਕਰੀਬਨ ਹੈ ਸੀ 5 ਤੋਂ 6 ਸਾਲ ਦੇ ਅੰਦਰ ਹੈਗਾ ਸੀਗਾ ਜੀ, ਇਸ ਟਾਈਮ 'ਤੇ ਇਹਦੀ 10 ਸਾਲ ਦੀ ਉਮਰ ਹੈਗੀ ਹੈ। 10 ਸਾਲ ਉਮਰ ਆ ਅਤੇ ਹੁਣੀ ਬੰਨੀ ਸ਼ੁਰੂ ਕਰ? ਹਾਂਜੀ, ਹੁਣੀ ਬੰਨੀ ਸ਼ੁਰੂ ਕਰ। ਅੱਗੇ ਜਾਣ ਦਾ ਬੜਾ ਹਜੇ ਤਾਂ ਦਿਨ ਜ਼ਿੰਦਗੀ ਪਈ ਹੈ ਜੀ। ਹਾਂਜੀ, ਅੱਜ ਗਏ ਮੱਥਾ ਟੇਕਣ ਗਏ? ਹਾਂਜੀ ਜੀ, ਮੱਥਾ ਟੇਕਣ ਗਏ। ਕਿਵੇਂ ਦਾ ਮਹਿਸੂਸ ਹੋਇਆ ਵੈਸੇ? ਵਧੀਆ, ਬਹੁਤ ਪਰਿਵਾਰ ਬਹੁਤ ਵਧੀਆ, ਸੰਗਤ ਨੂੰ ਮਿਲ ਕੇ ਬਹੁਤ ਸੁਭਾਅ ਦੇਖਿਆ ਮਿਲਿਆ ਹੈਗਾ, ਬੱਚੇ ਦਾ ਬਹੁਤ ਉਦਮ ਹੋ ਰਿਹਾ ਸੱਚੇ ਪਾਤਸ਼ਾਹ। ਸ਼ਹੀਦੀ ਦੇਣ ਸੀਗਾ, ਕੁਛ ਅਰਦਾਸ 'ਚ ਮੰਗਿਆ ਹੋਵੇ ਬੱਚੇ? ਹਾਂਜੀ, ਬੱਚਾ ਅੱਜ ਸ਼ਹੀਦੀ ਮੋਹ ਮਹਾਰਾਜ ਤੋਂ ਬੇਨਤੀ ਵੀ ਹੋਰ ਉਦਮ ਦੇਵੇ ਬੱਚੇ ਨੂੰ, ਸਾਡੇ ਨੂੰ ਮਰ ਪਰਿਵਾਰ ਸੁੱਖ ਸ਼ਾਂਤੀਆਂ ਰੱਖੇ। ਔਰ ਇਸ ਬੱਚੇ ਦੇ ਮੇਰੇ ਬਹੁਤ ਅਸੀਂ ਸੋਚਿਆ ਹੈਗਾ ਸੀਗਾ ਵੀ ਬੱਚਾ ਇੱਦਾਂ ਹੋਵੇ, ਪਰ ਮਨ ਨੂੰ ਦੁੱਖ ਲੱਗਦਾ, ਪਰ ਉਹ ਇਸ ਟਾਈਮ 'ਤੇ ਸਾਧ ਸੰਗਤ ਦੇ ਨਾਲ ਕੋਈ ਅਰਦਾਸਾਂ ਨਾਲ ਕੋਈ ਕਮੀ ਪੇਸ਼ੀ ਨਹੀਂ ਹੈ ਜੀ। ਤਾਂ ਪਿਤਾ ਵੱਲੋਂ ਇੱਕ ਵੱਡਾ ਕਿਹਾ ਗਿਆ ਕਿ ਅਰਦਾਸਾਂ ਸਦਕਾ, ਸੰਗਤ ਸਦਕਾ ਹਜੇ ਤੱਕ ਕੋਈ ਕਮੀ ਪੇਸ਼ੀ ਨਹੀਂ। ਪਹਿਲਾਂ ਤਾਂ ਲੱਗਿਆ ਸੀਗਾ ਕਿ ਕੁਛ ਗਲਤ ਹੋਇਆ, ਪਰ ਅੱਜ ਜਦ ਸੰਗਤ ਦੇ ਵਿੱਚ ਆਏ ਕਹਿੰਦੇ ਕਮੀ ਕੋਈ ਪੇਸ਼ੀ ਨਹੀਂ। ਵੱਡਾ ਹੁੰਗਾਰਾ ਸੰਗਤ ਵੱਲੋਂ ਮਿਲ ਰਿਹਾ ਬੱਚੇ ਨੂੰ, ਬੱਚੇ ਦਾ ਬਚਪਨ ਤੋਂ ਹੀ ਜੋ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਕੈਮਰਾ ਪਰਸਨ ਅਮਿਤ ਨਾ, ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਫਤਿਹਗੜ੍ਹ ਸਾਹਿਬ।